ਸਨਮਾਨ ਵੀ ਲੈ ਰਹੇ ਹਾਂ। ਆ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੀ ਬਖਸ਼ੀ ਫਤਿਹ ਸਾਂਝੀ ਕਰੀਏ ਜੀ। ਗੱਤ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਝ ਅਨੁਮਤੀ ਇਤਿਹਾਸ ਕਰ ਬੇਤੁਕੀਆਂ ਸਾਖੀਆਂ ਲਿਖ ਕੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਸਾਖੀ ਅਨੁਸਾਰ ਇੱਕ ਦਿਨ ਇਸ਼ਨਾਨ ਕਰਦੇ ਹੋਏ ਗੁਰੂ ਅਮਰਦਾਸ ਜੀ ਦੀ ਚੌਂਕੀ ਦਾ ਪਾਵਰ ਟੁੱਟ ਗਿਆ। ਬੀਬੀ ਭਾਨੀ ਜੀ ਨੇ ਆਪਣਾ ਪੈਰ ਚੌਂਕੀ ਥੱਲੇ ਰੱਖ ਦਿੱਤਾ, ਜਿਸ ਕਰਕੇ ਬੀਬੀ ਜੀ ਦਾ ਪੈਰ ਲਹੂ ਲਹਾਣ ਹੋ ਗਿਆ। ਗੁਰੂ ਜੀ ਨੇ ਬੀਬੀ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਵਰ ਦੇਣ ਦਾ ਫੈਸਲਾ ਕੀਤਾ। ਬੀਬੀ ਜੀ ਨੇ ਵਰ ਦੇ ਰੂਪ ਵਿੱਚ ਗੁਰਦਾ ਗੱਦੀ ਆਪਣੇ ਵੱਲ ਵਸੇ ਹੋਈ। ਗੁਰੂ ਜੀ ਨੇ ਜਿਸ ਤਾਂ ਵੀ ਦਿੱਤੀ ਕਿ ਗੁਰਦਾ ਗੱਦੀ ਕਾਰਨ ਪ੍ਰਮਾਣਿਤ ਸੱਤ ਜਾਨਣਾ ਜਾਣਗੀਆਂ। ਜਿਸ ਮਨ ਕਰਤ ਕਹਾਣੀ ਨੂੰ ਸੱਚ ਮੰਨ ਵੀ ਲਈਏ ਤਾਂ ਸਫਲ ਇਹ ਹੋਇਆ ਕਿ ਨੰਬਰ ਇੱਕ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਚਾਰ ਸਾਹਿਬਜ਼ਾਦਿਆਂ ਤੱਕ ਦੀਆਂ ਸ਼ਹੀਦੀਆਂ ਸ਼ਹੀਦੀਆਂ ਨਹੀਂ ਬਲਕਿ ਗੁਰੂ ਅਮਰਦਾਸ ਜੀ ਦੁਆਰਾ ਦਿੱਤੇ ਸ਼ਰਾਪ ਦਾ ਨਤੀਜਾ ਸੀ। ਨੰਬਰ ਦੋ ਗੁਰੂ ਰਾਮਦਾਸ ਜੀ ਨੂੰ ਬਿਰਤਾ ਗੱਦੀ ਉਹਨਾਂ ਦੀ ਥੱਕ ਸੇਵਾ ਤੇ ਬਾਣੀ ਦੀ ਕਮਾਈ ਕਰਕੇ ਨਹੀਂ ਸੀ ਮਿਲੀ ਬਲਕਿ ਪਤਨੀ ਭਾਨੀ ਜੀ ਦੀ ਸਿਫਾਰਿਸ਼ ਨਾਲ ਮਿਲੀ ਸੀ। ਤਾਂ ਕਿ ਉਸਦੀ ਦੁਬਾਰਾ ਤੋਂ ਜੈ ਜੈਕਾਰ ਹੋਵੇ। ਪ੍ਰੰਤੂ ਤਿਲਕਾ ਜੀ
ਧਿਆਨ ਰੱਖੀਏ ਤੇ ਆਪਣੇ ਇੱਕੋ ਇੱਕ ਨਿਸ਼ਾਨੇ ਵੱਲ ਵਧੀਏ। ਇਹ ਨਿਸ਼ਾਨਾ ਹੈ ਕਿ ਉਹ ਵਾਹਿਗੁਰੂ ਨਾਲ ਅਭੇਦਤਾ ਹਾਸਲ ਕਰਨੀ। ਪੰਚਮ ਪਾਤਸ਼ਾਹ ਦੇ ਇਸ ਫਰਮਾਨ ਨਾਲ ਮੈਂ ਆਪਣੇ ਵਿਚਾਰ ਸਮਾਪਤ ਕਰਦੀ ਹਾਂ। ਹੋਮ ਜਾ ਪੀਰ ਕੇ ਵਿੱਚ ਹਮ ਮੈਂ ਬਦਲ ਵਿਕਾਰ ਨਾ ਕਿ ਸਵਰਗ ਦੋਲ ਪੰਜਨਾ ਹੋਏ ਬਹੁਤ ਬਹੁਤ ਰਸਤਾ ਹੋਈਆਂ ਪਰ ਨਜ਼ਰ ਖਾਲੀ ਮਾਫੀ।